ਕਿੱਦਾਂ ਤਿਆਰੀਆਂ ਹੋ ਚੁੱਕੀਆਂ ਨੇ ਅਰੁਣ ਭਾਈ ਦੇ ਦੂਜੇ ਵਿਆਹ ਦੀਆਂ? ਕਿਉਂ ਪਹਿਲਾਂ ਪਹਾੜਾਂ 'ਤੇ ਆਪਾਂ ਘਰ ਆਏ ਸੀਗੇ, ਹੁਣ ਦੂਜੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਐਂਡ ਐਜ਼ ਆਲਵੇਜ਼ ਮੁੰਡੇ ਪਹਿਲਾਂ ਰੈਡੀ ਹੋ ਚੁੱਕੇ ਨੇ, ਕੁੜੀਆਂ ਦਾ ਹਮੇਸ਼ਾ ਦੀ ਤਰ੍ਹਾਂ ਸੇਮ ਗੈਟਿੰਗ ਰੈਡੀ ਆਫਟਰ ਗੈਟਿੰਗ ਰੈਡੀ। ਇਹ ਪਹਿਲਾਂ ਮੇਰੇ ਘਰ ਰੈਡੀ ਹੋ ਕੇ ਆ ਚੁੱਕੀ ਹੈ ਇੱਕ ਵਾਰੀ, ਫਿਰ ਇਹਨੇ ਗੁੰਨੂ ਨੂੰ ਕਿਹਾ ਮੇਰੇ ਬਾਲੋ ਕੋ ਕੁਛ ਕਰ ਦਿਓ, ਗੁੰਨੂ ਨੇ ਖਰਾਬ ਕਰ ਦੀਏ। ਨਹੀਂ ਨਹੀਂ ਅਭੀ ਸਹੀ ਕਰ ਰਹੀ ਹੈ। ਗੰਨਾ ਲਵ ਯੂ ਕਹਿ ਦੇ। ਮੈਨੇ ਕਹਾ ਤਾਂ ਗੁੰਨੂ ਸੇ ਮੁਝਸੇ ਮੁਹੱਬਤ ਕਰਤੀ ਹੈ ਗਾਇਸ। ਜੈਜਮੀਨ ਸੁੱਕੂ ਭਾਜੀ ਕੀ ਮਾਹੌਲ ਆ ਫਿਰ? ਜਿੰਨਾ ਟਾਈਮ ਹੋ ਗਿਆ, 11 ਵਜੇ ਦਾ ਟਾਈਮ ਸੀਗਾ ਵਿਆਹ ਦਾ, ਤੇ ਆਪਾਂ ਇੱਕ ਘਰੇ ਵਜਾ ਦਿੱਤਾ। ਉਹ ਵੱਖਰੀ ਗੱਲ ਹੈ ਕਿ ਦੁਲਹਨ ਵੀ ਤੇ ਲੇਟ ਹੀ ਗਈ ਹੈ। ਅੰਕਿਤ ਵੀ ਤਿਆਰ ਹੋ ਗਿਆ, ਅੰਕਿਤ ਦਾ ਵਿਆਹ ਅਗਲੇ ਸਾਲ ਰੱਖਿਆ ਆਪਾਂ, ਠੀਕ ਹੈ। ਕੁੜੀ ਸਿਲੈਕਟ ਕਰਨੀ ਹੈ, 3 ਨੇ ਪੱਕੀਆਂ ਕੀਤੀਆਂ ਹੋਈਆਂ, ਸ਼ਾਰਟ ਲਿਸਟ ਕੀਤੀਆਂ ਹੋਈਆਂ ਨੇ, ਇੰਟਰਵਿਊ ਲੈ ਕੇ ਫਿਰ ਫਾਈਨਲ ਕਰਾਂਗੇ ਆਪਾਂ, ਠੀਕ ਹੈ ਅੰਕਿਤ, ਹੈ ਨਾ। ਹੁਣ ਜਿਹੜੀ ਇਹਦੀ ਪੱਕੀ ਵਾਲੀ ਉਹਨੇ ਕਲੇਸ਼ ਕਰਨਾ। ਕੀ ਕਿਹਾ ਦੁਬਾਰਾ ਬੋਲੀ ਯਾਰ? ਹਾਂ ਮਤਲਬ ਬਾਲ ਖਿੱਚਣ ਵਾਲਾ ਯਾਰ ਮੈਂ, ਇਸ ਲਈ ਮਤਲਬ ਕਿ ਨਾ ਮਤਲਬ ਕਿ ਨਹੀਂ ਬਣਨਾ ਚਾਹਤਾ ਮੇਕਅਪ ਆਰਟਿਸਟ, ਕਿਉਂਕਿ ਗੁੰਨੂ ਯਾਰ ਫਿਰ ਉਹ ਨਾ ਫੀਲ ਕਰੇ, ਕੀ ਕਹਿੰਦੇ ਉਹਨੂੰ, ਮਤਲਬ ਗੁੰਨੂ ਨੂੰ ਇੱਦਾਂ ਲੱਗੀ ਯਾਰ ਇਹ ਜ਼ਿਆਦਾ ਅੱਛਾ ਕਰਨ ਨਾਲ ਸਟਾਰਟ ਹੋ ਗਿਆ, ਅਬ ਮੇਰਾ ਕਿਆ ਹੋਊਗਾ, ਇੱਦਾਂ ਨਾ ਹੋਵੇ ਮਤਲਬ, ਹੈ ਨਾ ਗੁੰਨੂ? ਕਿਉਂ ਭਾਜੀ ਗੱਲ ਤਾਂ ਸਹੀ, ਦੋਸਤਾਂ ਨਾਲ ਥੋੜ੍ਹੀ ਇੱਦਾਂ ਕਰ ਸਕਦੇ, ਦੋਸਤਾਂ ਨਾਲ ਆਪਾਂ ਨਹੀਂ ਕਰ ਸਕਦੇ। ਮੈਂ ਸਿਰਫ ਇਸੇ ਕਰਕੇ ਨਹੀਂ ਵਧੀਆ ਆਰਟਿਸਟ ਬਣ ਰਿਹਾ, ਇਹ ਤਾਂ ਮੈਂ ਤਾਂ ਮਿੰਟ 'ਚ ਮੇਕਅਪ ਕਰਦਾ, ਟਾਈਮ ਹੀ ਲੱਗਣਾ ਮੇਕਅਪ ਕੇ ਬਾਅਦ ਰੰਗ ਬਦਲ ਗਿਆ ਹੈ ਦੀਕਸ਼ਾ ਕਾ, ਆਲ ਥੈਂਕਸ ਟੂ ਗੁੰਨੂ। ਗੁੰਨੂ ਕਿਆ ਬਾਤ ਹੈ, ਆਪ ਕਿਆ ਕਹਿਣਾ ਚਾਹੇਂਗੇ ਆਪਣੀ ਬੀਵੀ ਕੇ ਬਾਰੇ ਮੇਂ? ਯੇ ਅੱਛਾ ਕੰਪਲੀਮੈਂਟ ਨਹੀਂ ਹੋਤਾ ਮੇਕਅਪ ਆਰਟਿਸਟ ਕੇ ਲਿਏ, ਕਿਆ ਕਿ ਪਛਾਣੀ ਨਹੀਂ ਜਾ ਰਹੀ ਇਨਕੋ, ਆਦਤ ਹੋ ਜਾਂਦੀ ਹੈ ਨਾ ਬਿਲਕੁਲ ਸਪੋਟਸ ਕੇ ਸਾਥ ਦੇਖਨੇ ਕੀ ਹੋਏ, ਇਨਕੋ ਲੱਗਤਾ ਹੈ ਬੇਸ ਲਗਾ ਕੇ ਸਭ ਕੁਝ ਚੇਂਜ ਹੋ ਗਿਆ ਹੈ। ਨਹੀਂ ਯਾਰ ਵਧੀਆ ਗੱਲ ਹੈ, ਅਬ ਸਮੀਰ ਮੈਨੂੰ ਪਤਾ ਕੀ ਕਹਤਾ ਹੈ, ਕੁਝ ਨਹੀਂ ਕਰਨੇ ਕੀ ਜ਼ਰੂਰਤ, ਤੁਝੇ ਕੀ ਹੈ ਔਰ ਜਬ ਬਾਹਰ ਜਾਏਗਾ ਬੇਬੀ ਵੋ ਡਰੈਸ ਦੇ ਉਸ ਪੇ ਜਚ ਰਹੀ ਹੈ, ਤੂੰ ਵੀ ਪਹਿਨਾ ਕਰ ਯਾਰ, ਤੂੰ ਵੀ ਇਹੀ ਆ ਕਰ ਯਾਰ, ਤੂੰ ਵਲੌਗ ਚ ਕੁਝ ਬੋਲ ਹੀ ਨਹੀਂ ਸਕਦਾ, ਤੂੰ ਵਲੌਗ ਚ ਨਹੀਂ ਕਲੇਸ਼ ਕਰਨਾ, ਮੈਂ ਸਭ ਲਾਇਆ ਮੈਂ ਚਲਾ ਗਿਆ ਤਾ 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 ਚੱਪਲਾਂ ਕੈਂਚੀ ਚੱਪਲਾਂ ਪਾਣੀਆਂ ਅਰੁਣ ਭਾਈ ਉੱਪਰ ਗਏ ਆ। ਦੋ ਤਰ੍ਹਾਂ ਦੇ ਲੋਕ ਹੋਤੇ ਹੈ, ਇੱਕ ਉਹ ਜਿਹਨੇ ਗਰਮੀ ਕਾ ਕੁਛ ਲੈਣਾ ਦੇਣਾ ਨਹੀਂ ਹੈ, ਬਾਹਰ ਖੜ ਕੇ ਫੋਟੋ ਖਿਚਵਾ ਰਹੇ ਹੈ, ਔਰ ਦੂਜੇ ਪਾਸੇ ਆਪਾਂ, ਮੇਰੀ ਗੱਲ ਸੁਣੋ ਹਜੇ ਨਾ ਕਰਨਾ ਗਾਇਜ਼ ਇੱਧਰ, ਹਾਂ ਨਵੀਂ ਕੈਮਰਾਮੈਨ ਆਇਆ ਹੀ ਹੈ, ਉਹਨਾਂ ਦੀ ਵੀਡੀਓਸ ਬਾਅਦ ਚ ਮਿਲਣੀਆਂ, ਇਹਦੀਆਂ ਪਹਿਲਾਂ ਮਿਲ ਜਾਣੀਆਂ ਤੁਹਾਨੂੰ। ਚਿੰਤਪੁਰਨੀ ਦੀ ਚੜ੍ਹਾਈ ਚੜ੍ਹਦਾ ਹੋਗਾ, ਏਦਾਂ ਲੱਗਦਾ ਮੈਂ ਚਿੰਤਪੁਰਨੀ ਦੀ ਚੜ੍ਹਾਈ, ਓਏ ਤੈਨੂੰ ਵੀ ਸ਼ਗਨ ਮਿਲਣਾ ਨਾ ਮੁੰਦਰੀਆਂ ਫੜਨ ਦਾ, ਤੇ ਅੱਧਾ ਅੱਧਾ ਕਿਉਂਕਿ ਮੁੰਦਰੀਆਂ ਇਹਦੇ 'ਚ ਮੈਂ ਰੱਖੀਆਂ, ਇਹ ਕਿੰਨੀ ਪਿਆਰੀ ਹੈ ਯਾਰ, ਤੈਨੂੰ 300 ਮਿਲਣਾ, ਮੈਂ ਕੁਛ ਨਹੀਂ ਕਿਸੇ ਨੂੰ ਦੇਣਾ ਯਾਰ, ਮੈਨੂੰ ਸਾਹ ਚਾਹੀਦਾ। ਤੈਨੂੰ ਕਿੱਦਾਂ ਲੱਗ ਰਿਹਾ ਇਹ ਬੰਨ ਕੇ ਪੱਟਾ ਪੱਟਾ, ਤੇਰਾ ਵਿਆਹ ਵੀ ਕਰਾ ਹੀ ਦਿੰਦੇ ਫਿਰ ਅੱਜ, ਜਿੰਨਾ ਖਰਚਾ ਹੁੰਦਾ ਪਿਆ ਨਾ ਮੈਨੂੰ ਲੱਗਦਾ ਕਿ ਐਫਡੀ ਕਰਾ ਕੇ ਇੰਟਰਸਟ ਖਾਓ ਚੁੱਪਚਾਪ। Thank you.
कौन बाबा तू बाबे ने मोटा कह रही है फिर ठीक है सच ही कह रही है करोगे इसे सुख दोगे इसकी इज्जत करोगे बीमारी तथा तंदुरुस्ती में इसे संभालोगे और सबको छोड़कर जब तक तुम दोनों जिंदा हो एक दूसरे के प्रति वफादार हो प्रिय टंडन क्या आप अरुण कुमार को अपना विवाहित पत्नी होने के लिए स्वीकार करती हो ताकि परमेश्वर की इच्छा अनुसार रह सको क्या तुम इससे प्रेम रखोगे इसे सुख देगी इसकी इज्जत करेगी और बीमारी और तंदुरुस्ती में इसको संभालेगी और सबको छोड़कर जब तक तुम दोनों जिंदा हो एक दूसरे के प्रति वफादार रहोगे देखिए आपका भी ऐसे ही कराएंगे हम शादी है ना तीन चार तरीके ना कराने मैं ये अंगूठी तुम्हारी उंगली में यादगारी के तौर पर पहनाती हूँ कि हमारा विवाह हुआ उन वादों के अनुसार जो आज के दिन हमने बाप बेटा और पवित्र आत्मा के नाम पर किए हैं आमीन जायदाद के पेपर जायदाद के पेपर होने थे जायदाद के पेपर होने नाम करते प्रिया and singles be like ede jis tarah na kab guzra oh
सेम गाना गाना जिहड़ा गा रहे हो एडी तू भी गाना प्रैक्टिस ब्याह दी जिहड़ा तो ए गीत मैं आप नहीं पता क्यों अरुण भाई किन्ने सोफिस्टिकेटेड लग रहे ने जो कि असल च नहीं है झूठ मार दे ने के बज गए हैं साढ़े तीन बज गए हैं साढ़े तीन बजे मेरे को रोटी खिला रही है पिया की हाल किया जाए ये नहीं 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 और कौन गया सी गया रोटी खांदा छड़ के कौन गया सी और सुनाओ अगर सब ठीक है पापा के में ठीक है मम्मी कैसे हैं मम्मी बिल्कुल ठीक है